بالله من الشيطان الرجيم بسم الله الرحمن الرحيم میرے یوٹیوب چینل دے تمام بہن بھائیوں نو السلام علیکم الحمدللہ سے ٹھیک ٹھاک دعا کرنا ہے کہ تمام بہن بھائی جتھے بھی ہوں گے ٹھیک ٹھاک ہون گے خیر عافیت نال ہون گے تے تقریبا سپائر دا ٹائم ہو چکا ہے تے بدل جو ہے نا اور سائیڈ تو سارا بہت ہی زیادہ بانیا ہوا ہے تے اسی کیا کہنا جو لکڑیاں وغیرہ تھوڑیاں بہت سکیاں نے وہ اسی کر لئیے ایک سائیڈ تے کیونکہ بالن واسطے بھی کچھ بھی نہیں ہے تے ککڑیاں رکھیاں سی یہ بھی ہے تو سکیاں انہیں چل پر ماشاء اللہ بڑا ਮਿੱਟੀ ਸਾਰੀ ਉਸ ਸਾਈਡ ਤੋਂ ਘੇਰ ਘੇਰ ਕੇ ਤੇ ਥਾਪੀਆਂ ਵਗੈਰਾ ਅਸੀਂ ਰੱਖ ਲਈਆਂ ਤੇ ਰੱਖ ਕੇ ਦੱਸੇ ਕਿਹਾ ਕਿ ਹੁਣ ਅਸੀਂ ਝਾੜੂ ਵੀ ਲਾ ਲਈਏ ਕਿਉਂਕਿ ਬਾਰਿਸ਼ ਹੋ ਗਈ ਨਾ ਤੇ ਫਿਰ ਜਿਹੜਾ ਗੰਦ ਪਿਆ ਹੁੰਦਾ ਉਹ ਜੰਮ ਜਾਂਦਾ ਬਾਕੀ ਰੋਟੀ ਸਾਲਣ ਦੀ ਵੀ ਤਿਆਰੀ ਕਰਨੀ ਰਾਵਣ ਜੋ ਹੈ ਨਾ ਇਹਨੇ ਵੀ ਆਪਣੇ ਕੰਮ ਕੰਪਲੀਟ ਕਰਨੇ ਬਾਕੀ ਅਲਹਮਦੁਲਿਲਾ ਜੋ ਕਰ ਦਿੱਤੀ ਹੈ ਤੇ ਆਲੂ ਜੋ ਮੈਂ ਦੋ ਕੇ ਲੈ ਕੇ ਆ ਗਈ ਹਾਂ ਕਿਉਂਕਿ ਸਾਡਾ ਤਾਂ ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੈ ਕਿ ਮੋਟਰ ਜੋ ਹੈ ਨਾ ਉਹਦੀਆਂ ਤਾਰਾਂ ਵਗੈਰਾ ਦਾ ਬਹੁਤ ਮਸਲਾ ਬਣਿਆ ਹੋਇਆ ਹੈ ਅਤੇ ਮੋਟਰ ਵੀ ਖਰਾਬ ਹੈ ਇਸ ਵਜ੍ਹਾ ਤੋਂ ਨਾ ਭਾਈ ਹੋਰਾਂ ਦੇ ਘਰੋਂ ਸਾਇਆਂ ਦੇ ਘਰੋਂ ਵੀ ਬਣਾਉਣਾ ਪੈਂਦਾ ਸਾਰਾ ਮਸਲਾ ਕਿ ਪਾਣੀ ਵਗੈਰਾ ਇਸਤੇਮਾਲ ਕਰਨਾ ਪੈਂਦਾ ਤਾਂ ਅੱਜ ਮਹਿੰਗਾਈ ਦਾ ਦੌਰ ਹੈ ਬਰਦਾਸ਼ਤ ਤਾਂ ਕੋਈ ਨਹੀਂ ਕੋਈ ਕਰਦਾ ਬਿਸਮਿਲ੍ਲਾ ਲੇਕਿਨ ਕੀ ਕਰੀਏ ਕਿ ਮਜਬੂਰੀ ਹੈ ਬਿਸਮਿਲ੍ਲਾ ਅਲਹਮਦੁਲਿਲਾ ਸਬਜ਼ੀ ਜੋ ਹੈ ਨਾ ਉਹ ਅਸੀਂ ਕੱਟਣੀ ਸ਼ੁਰੂ ਕਰ ਦਿੱਤੀ ਹੈ ਜੋ ਆਸਤਾ ਆਸਤਾ ਮੈਂ ਹਰ ਚੀਜ਼ ਪਹਿਲੇ ਧੋਨੀ ਹਾਂ ਅਤੇ ਉਸ ਤੋਂ ਬਾਅਦ ਵਿੱਚ ਬਣਾਉਂਦੀ ਹਾਂ ਕਿਉਂਕਿ ਜੀ ਤਾਂ ਸਬਜ਼ੀ ਜੋ ਹੈ ਨਾ ਉਹ ਸਾਡੀ ਕੱਟੀ ਗਈ ਹੈ ਅਤੇ ਸਾਡੇ ਵਾਸਤੇ ਬਸ ਮਸਲਾ ਬਣ ਜਾਂਦਾ ਕਿਉਂਕਿ ਨਾ ਇੰਨੀ ਦੂਰੋਂ ਜਾ ਕੇ ਸਾਰਾ ਕੰਮ ਕਰਨਾ ਪੈਂਦਾ ਇੰਨੀ ਦੇਰ ਤੱਕ ਕੰਮ ਸਾਰੇ ਨਹੀਂ ਸਿੱਧੇ ਹੁੰਦੇ ਨਾ ਬਹੁਤ ਮਜਬੂਰ ਹੈਗੇ ਹਾਂ ਲੇਕਿਨ ਅੱਲਾਹ ਤਾਲਾ ਇੱਕ ਦਿਨ ਐਸਾ ਜ਼ਰੂਰ ਲਿਆਵੇਗਾ ਇੱਕ ਦਿਨ ਸਾਡੇ ਵਾਸਤੇ ਵੀ ਆਵੇਗਾ ਕਿ ਸਭ ਕੁਛ ਅੱਲਾਹ ਤਾਲਾ ਸਾਨੂੰ ਦੇਵੇਗਾ ਜੇ ਪਹਿਲੇ ਵਾਲਾ ਵਕਤ ਨਹੀਂ ਰਿਹਾ ਤਾਂ ਰਹਿਣਾ ਇਹ ਵਕਤ ਵੀ ਨਹੀਂ ਹੈ ਇੱਕ ਦਿਨ ਇਨਸ਼ਾਅੱਲਾ ਜੀ ਤਾਂ ਅਲਹਮਦੁਲਿਲਾ ਜੋ ਸਬਜ਼ੀ ਹੈ ਨਾ ਉਹ ਸਾਡੀ ਗਈ ਹੈ ਬਾਹਣ ਅਤੇ ਅਸੀਂ ਬਣਾਉਣ ਅਲਹਮਦੁਲਿਲਾ ਬਾਕੀ ਅਸੀਂ ਚਾਹ ਵੀ ਬਣਾ ਦਿੱਤੀ ਕਿਉਂਕਿ ਲਵਲ ਦੇ ਬੂਝੇ ਨੇ ਨਾ ਸਾਰੇ ਦਿਨ ਬਾਅਦ ਨਹੀਂ ਆਏ ਨਹੀਂ ਤਾਂ ਮੈਂ ਕਿਹਾ ਨਾਲ ਹੀ ਚਾਹ ਬਣਾ ਦਿੰਦੇ ਹਾਂ ਅਸੀਂ ਹਾਂ ਸਬਜ਼ੀ ਮੈਂ ਦੁਬਾਰਾ ਧੋ ਕੇ ਲੈ ਆਵਾਂ ਅਤੇ ਚਾਹ ਵਗੈਰਾ ਤੁਸੀਂ ਪੀਓ Thank you.
ਅਲਹਮਦੁਲਿਲਾ ਜੋ ਮਸਾਲਾ ਹੈ ਨਾ ਉਹ ਅਸੀਂ ਉੱਥੇ ਤਿਆਰ ਹੋਣ ਵਾਸਤੇ ਰੱਖ ਦਿੱਤਾ। ਅੱਲਾਹ ਦਾ ਲੱਖ ਲੱਖ ਸ਼ੁਕਰ ਹੈ। ਬਾਕੀ ਮੱਕੀਆਂ ਦੀ ਵਜ੍ਹਾ ਤੋਂ ਅਸੀਂ ਹਰ ਚੀਜ਼ ਕਿੰਨਾ ਡੱਕ ਕੇ ਰੱਖੀਏ ਤਾਂ ਕਿ ਮੱਕੀਆਂ ਨਾ ਆਉਣ। ਅਤੇ ਮਾਸ਼ਾਅੱਲਾ ਜੋ ਸਾਡੇ ਪਿਆਜ਼ ਨੇ ਨਾ ਉਹ ਬਰਾਊਨ ਹੋ ਗਏ ਨੇ ਅਤੇ ਬਾਕੀ ਲਸਣ ਜੋ ਹੈ ਪਾ ਦਿੰਦੇ ਹਾਂ। ਜੋ ਚੀਜ਼ ਘਰ ਹੋਏ ਮੌਜੂਦ ਉਸ ਦੇ ਵਿੱਚ ਪਕਾ ਲਈ ਦੀ ਸ਼ੁਕਰ ਅਲਹਮਦੁਲਿਲਾ। ਬੇਟਾ ਰਾਵਣ ਮਸਾਲੇ ਚੁੱਕ ਕੇ ਲਿਆ ਛੇਤੀ ਨਾਲ ਦੋ ਫਾਤਮਾ ਆਈ ਹੈ। ਫਾਤਮਾ ਫਾਤਮਾ ਆਈ ਹੈ। ਫਾਤਮਾ ਇਹ ਫਾਤਮਾ ਆ ਗਈ ਹੈ ਕਿਤੇ ਪਤਾ ਨਹੀਂ ਕੀ ਹੋਈ ਆਈ। ਫਾਤਮਾ ਨਾਨਕਿਆਂ ਤੋਂ ਹੋ ਕੇ ਆਈ ਹੈ। ਨਾਨਕਿਆਂ ਤੋਂ ਗਈ ਆ। ਹਾਂਜੀ ਜੋ ਸਾਡਾ ਮਸਾਲਾ ਹੈ ਨਾ ਉਹ ਹੋ ਗਿਆ ਤਿਆਰ ਤਾਂ ਅਸੀਂ ਹੁਣ ਪਾ ਦਿੰਦੇ ਹਾਂ ਵਿੱਚ ਪਾਲਕ। ਬਿਸਮਿਲ੍ਲਾ ਰਹਿਮਾਨ ਰਹੀਮ। ਕਿਉਂਕਿ ਪਾਲਕ ਥੋੜ੍ਹੀ ਜਿਹੀ ਪਹਿਲੇ ਡਲ ਜਾਏਗੀ ਨਾ ਤਾਂ ਫਿਰ ਆਸਾਨੀ ਨਾਲ ਤਿਆਰ ਹੋ ਜਾਏਗੀ। ਅਲਹਮਦੁਲਿਲਾ ਜੋ ਸਾਡੀ ਪਾਲਕ ਹੈ ਨਾ ਮਾਸ਼ਾਅੱਲਾ ਫਰਾਈ ਹੋ ਚੁੱਕੀ ਹੈ ਬੀਜ ਵਿੱਚ ਅਤੇ ਹੁਣ ਅਸੀਂ ਉਹਦਾ ਪਾ ਦਿੰਦੇ ਹਾਂ ਨਾਲ ਆਲੂ ਵੀ ਸੀ ਲਿਆ ਦੇ। ਫਾਤਮਾ ਖੇਲ ਰਹੀ ਹੈ। ਜੀ ਤਾਂ ਮਾਸ਼ਾਅੱਲਾ ਅਲਹਮਦੁਲਿਲਾ ਜੋ ਸਾਲਣ ਹੈ ਨਾ ਸਾਡਾ ਉਹ ਹੋ ਗਿਆ ਤਿਆਰ। ਬੱਚਿਆਂ ਦੀ ਪਸੰਦ ਦਾ ਹੈ। ਬਾਕੀ ਜਸਬਨ ਬਾਈ ਨੇ ਖਾਣਾ ਆ ਜੋ ਮੋਸਟ ਵੈਲਕਮ। ਅਤੇ ਅਗਰ ਸਾਡੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਕਿ ਕੋਈ ਕਮੀ ਹੋਏ ਤਾਂ ਅਸੀਂ ਉਹ ਪੂਰੀ ਕਰ ਸਕੀਏ। ਬਾਕੀ ਸਾਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਆ ਜੇ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ ਹੱਸਦੇ ਮੁਸਕਰਾਉਂਦੇ ਰਹੋ। ਅੱਲਾਹ ਤਾਲਾ ਸਭ ਨੂੰ ਆਪਣੇ ਜ਼ਮਾਨ 'ਚ ਰੱਖਿਆ ਅਤੇ ਸਾਡੇ ਗਰੀਬਾਂ ਵਾਸਤੇ ਵੀ ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਸਾਡੇ ਵਾਸਤੇ ਵੀ ਆਸਾਨੀਆਂ ਪੈਦਾ ਕਰੇ ਅਤੇ ਅਸੀਂ ਵੀ ਜਿਸ ਮਕਸਦ ਵਾਸਤੇ ਕਰ ਰਹੇ ਹਾਂ ਅੱਲਾਹ ਤਾਲਾ ਸਾਡਾ ਮਕਸਦ ਪੂਰਾ ਕਰੇ। ਅੱਲਾਹ ਹਾਫਿਜ਼।